ਪਿਛਲੇ ਦਿਨੀ ਅੰਮ੍ਰਿਤਸਰ ਦੇ ਕੋਟ ਖਾਲਸਾ ਗੁਰੂ ਨਾਨਕਪੁਰਾ ਵਿਖੇ ਚੱਲੀ ਗੋਲੀ ਦੇ ਵਿਚ 3 ਲੋਕ ਗੰਭੀਰ ਰੂਪ ਦੇ ਵਿਚ ਜ਼ਖਮੀ ਹੋ ਗਏ ਸਨ। ਮੀਡੀਆ ਦੇ ਵਿਚ ਵੀ ਖ਼ਬਰਾਂ ਨੂੰ ਛਾਪਿਆ ਗਿਆ ਸੀ। ਅੱਜ ਅੰਮ੍ਰਿਤਸਰ ਦੇ ਕੋਟ ਖਾਲਸਾ ਗੁਰੂ ਨਾਨਕਪੁਰਾ ਦੀ ਵਸਨੀਕ ਮਨਪ੍ਰੀਤ ਕੌਰ ਪਤਨੀ ਗੁਰਮੀਤ ਸਿੰਘ ਭੋਲਾ ਨੇ ਬੀਤੇ ਦਿਨੀ ਰਾਜ਼ੀਨਾਮੇ ਦੇ ਦੌਰਾਨ ਹੋਏ ਝਗੜੇ ਨੂੰ ਲੈ ਕੇ ਬਿਨਾਂ ਮੁਕੰਮਲ ਜਾਂਚ ਕੀਤੇ ਇੱਕ ਧਿਰ ਦੇ ਉੱਤੇ ਹਮਲਾ ਦਰਜ ਕਰਨ ਦੇ ਦੋਸ਼ ਲਗਾਏ ਨੇ। ਮਨਪ੍ਰੀਤ ਕੌਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਬੱਚਿਆਂ ਦੇ ਵੱਲੋਂ ਪਟਾਕੇ ਚਲਾਉਣ ਨੂੰ ਲੈ ਕੇ ਉਸ ਦੇ ਪਤੀ ਗੁਰਮੀਤ ਸਿੰਘ ਭੋਲਾ ਦਾ ਨਜ਼ਦੀਕ ਹੀ ਰਹਿੰਦੇ ਕੁਝ ਲੋਕਾਂ ਦੇ ਨਾਲ ਝਗੜਾ ਹੋਇਆ ਸੀ, ਜਿਸ ਨੂੰ ਲੈ ਕੇ ਸੋਮਵਾਰ ਨੂੰ ਦੂਸਰੀ ਧਿਰ ਦੇ ਵੱਲੋਂ ਰਾਜ਼ੀਨਾਮੇ ਦੇ ਲਈ ਉਸ ਦੇ ਪਤੀ ਨੂੰ ਬੁਲਾਇਆ ਗਿਆ ਸੀ, ਜਿੱਥੇ ਕਿ ਦੂਸਰੀ ਧਿਰ ਦੇ ਵੱਲੋਂ ਉਹਨਾਂ ਦੇ ਨਾਲ ਬਹਿਸਬਾਜ਼ੀ ਕਰਦੇ ਹੋਏ ਉਹਨਾਂ ਦੇ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਗੋਲੀਆਂ ਚਲਾਈਆਂ ਗਈਆਂ ਸਨ, ਜਿੱਥੇ ਉਸ ਦਾ ਪਤੀ ਆਪਣੇ ਸਾਥੀਆਂ ਸਮੇਤ ਬੜੀ ਮੁਸ਼ਕਲ ਦੇ ਨਾਲ ਜਾਨ ਬਚਾ ਕੇ ਆਇਆ। ਪਰ ਸੰਬੰਧਿਤ ਪੁਲਿਸ ਦੇ ਵੱਲੋਂ ਬਿਨਾਂ ਜਾਂਚ ਕੀਤੇ ਉਸ ਦੇ ਪਤੀ ਸਮੇਤ 5 ਲੋਕਾਂ ਦੇ ਉੱਤੇ ਝੂਠਾ ਮਾਮਲਾ ਦਰਜ ਕਰ ਦਿੱਤਾ ਗਿਆ, ਜਦਕਿ ਉਸ ਦੇ ਪਤੀ ਨੇ ਕਿਸੇ ਦੇ ਉੱਤੇ ਵੀ ਗੋਲੀ ਨਹੀਂ ਚਲਾਈ ਸੀ, ਜਿਸ ਦੀ ਪੂਰੇ ਇਲਾਕੇ ਦੇ ਵਿੱਚੋਂ ਜਾਂਚ ਕੀਤੀ ਜਾ ਸਕਦੀ ਹੈ। ਮਨਪ੍ਰੀਤ ਕੌਰ ਨੇ ਪੁਲਿਸ ਪ੍ਰਸ਼ਾਸਨ ਦੇ ਕੋਲੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਬਰੀਕੀ ਦੇ ਨਾਲ ਜਾਂਚ ਕਰਕੇ ਗੋਲੀਆਂ ਚਲਾਉਣ ਵਾਲੇ ਅਸਲ ਦੋਸ਼ੀਆਂ ਦੀ ਭਾਲ ਕਰਕੇ ਝੂਠਾ ਦਰਜ ਕੀਤਾ ਮਾਮਲਾ ਖਾਰਜ ਕੀਤਾ ਜਾਵੇ। ਥਾਣਾ ਕੋਟ ਖਾਲਸਾ ਦੇ ASI ਹਰਜਿੰਦਰ ਕੁਮਾਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਵੀ ਜੋ ਵੀ ਦੋਸ਼ੀ ਪਾਇਆ ਜਾਂਦਾ ਹੈ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਮੇਰਾ ਨਾਮ ਮਨਪ੍ਰੀਤ ਕੌਰ ਹੈ, ਮੇਰੇ ਹਸਬੈਂਡ ਦਾ ਨਾਮ ਗੁਰਮੀਤ ਭੋਲਾ ਹੈ, ਉਹ ਇੱਕ ਬਿਲਡਿੰਗ ਕੰਸਟਰਕਸ਼ਨ ਦਾ ਕੰਮ ਕਰਦੇ ਨੇ ਤੇ ਸਮਾਜ ਸੇਵਕ ਨੇ। 3-4 ਦਿਨ ਪਹਿਲਾਂ ਬੱਚਿਆਂ ਕਰਕੇ ਜਿਵੇਂ ਥੋੜਾ ਜਿਹਾ ਝਗੜਾ ਹੋ ਗਿਆ ਸੀ, ਜਿਹਦਾ ਕੱਲ ਫੈਸਲਾ ਹੋ ਜਾਣਾ ਸੀ। ਦੂਸਰੀ ਪਾਰਟੀ ਵੱਲੋਂ ਜਿਹੜੇ ਕੁਝ ਲੋਕ ਆਏ ਸੀ, ਉਹਨਾਂ ਵਿੱਚੋਂ ਜਿਵੇਂ ਸਾਡੇ ਆਲਰੇਡੀ ਰੰਜਿਸ਼ ਕੱਢਦੇ ਸੀ ਜਿਹੜੇ ਬੰਦੇ, ਉਹ ਹੀ ਉਹਨਾਂ ਨੇ ਫੈਸਲਾ ਤਾਂ ਹੋਣ ਨਹੀਂ ਦਿੱਤਾ, ਉਲਟਾ ਉਹਨਾਂ ਨੇ ਮਤਲਬ ਕਿ ਹਮਲਾ ਕਰ ਦਿੱਤਾ। ਫਿਰ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਪੈਰਾਂ 'ਤੇ ਖੁਦ ਫਾਇਰ ਚਲਾਈ ਅਤੇ ਉਹਨਾਂ ਨੇ ਸਾਡੇ ਅਗੇਂਸਟ ਕੰਪਲੇਂਟ ਦਾਇਰ ਕਰ ਦਿੱਤੀ ਕਿ ਇਹਨਾਂ ਨੇ ਸਾਡੇ 'ਤੇ ਹਮਲਾ ਕੀਤਾ ਹੈ, ਗੋਲੀਆਂ ਚਲਾਈਆਂ ਹੈ, ਜੋ ਕਿ ਇੱਦਾਂ ਬਿਲਕੁਲ ਨਹੀਂ ਹੋਇਆ, ਇਹ ਬਿਲਕੁਲ ਗਲਤ ਹੈ। ਉਹਨਾਂ ਬੰਦਿਆਂ ਦੇ ਨਾਮ ਮੇਨ ਹੈਗੇ ਪੱਟੂ, ਮਨਿੰਦਰ, ਸੂਬਾ ਅਤੇ ਹੋਰ ਉਹਨਾਂ ਦੇ ਸਾਥੀ ਜਿਹੜੇ ਕਿ ਕ੍ਰਿਮੀਨਲ ਬੰਦੇ ਨੇ, ਸ਼ਰਾਬ ਵੇਚਦੇ ਨੇ, ਹੋਰ ਉਹਨਾਂ ਦੇ ਹੋਰ ਵੀ ਕਈ ਗਲਤ ਕਾਰੋਬਾਰ ਨੇ। ਤੁਹਾਡੇ ਹਾਲ ਉਹ ਸੱਚ ਹੈ ਜਾਂ ਝੂਠ ਹੈ? ਨਹੀਂ ਭਾਜੀ, ਉਹ ਬਿਲਕੁਲ ਝੂਠ ਨੇ। ਉਹ ਮਤਲਬ ਕਿ ਮੇਰੇ ਹਸਬੈਂਡ ਗੁਰਮੀਤ, ਰਿਸ਼ਪਾਲ ਸਿੰਘ, ਨਿੰਦਾ ਅਤੇ ਲਾਲੀ, ਫੌਜੀ ਅਤੇ ਇੱਦਾਂ ਕਰਕੇ ਇਹਨਾਂ ਨੇ ਸਾਰੇ ਗਲਤ ਪਰਚੇ ਦਾਇਰ ਕੀਤੇ ਗਏ ਨੇ। ਕੀ ਮੰਗ ਕਰਦੇ ਜੀ? ਹੁਣ ਮੈਂ ਇਹੋ ਮੰਗ ਕਰਦੀ ਗਈ ਹਾਂ ਤੇ ਇਹ ਸਾਰੇ ਪਰਚੇ ਰੱਦ ਕੀਤੇ ਜਾਣ ਤੇ ਸਾਨੂੰ ਇਨਸਾਫ ਕੀਤਾ ਜਾਵੇ। ਹਾਂਜੀ, ਸਾਨੂੰ ਜਾਨ ਮਾਲ ਦਾ ਵੀ ਖਤਰਾ ਹੈ ਤੇ ਜੇ ਅੱਗੇ ਕੋਈ ਹੋਰ ਗੱਲ ਹੁੰਦੀ ਹੈ ਤੇ ਮੈਂ ਇਹਨਾਂ ਨੂੰ ਹੀ ਜ਼ਿੰਮੇਵਾਰ ਦਵਾਵਾਂਗੀ। ਮੇਰੇ ਕਾਕੇ ਲੱਗਦੇ ਗੁਰਮੀਤ ਭੋਲਾ ਤੇ ਸੰਦੀਪ ਕਾਲਾ। ਕੀ ਗੱਲ ਕੀ ਹੋਈ? ਗੱਲ ਹੋਈ ਵੀ ਬੱਚਿਆਂ 'ਤੇ ਗੱਲ ਹੋਈ ਹੈ ਮਾੜੀ ਜਿਹੀ, ਪਟਾਕੇ ਦੇ ਚਲਾਉਣ ਡੇ ਹੋਏ। ਨਿੰਦੇ ਮੇਰੇ ਨੇ ਉਹਨੂੰ ਮੂੜਿਆ ਵੀ ਪਟਾਕੇ ਨੇ ਇੱਥੇ ਚਲਾਓ ਅਤੇ ਉਹ ਆ ਕੇ ਉਹਨੂੰ ਬੰਦੇ ਪਵਾਤੇ, ਉਹਨਾਂ 3-5 ਬੰਦੇ ਆਏ ਨੇ ਤਾਂ ਮੁੰਡੇ ਨੂੰ ਕੁੱਟ ਗਏ ਨਿੰਦੇ ਨੂੰ। ਫਿਰ ਮੁੜ ਕੇ ਉਹਨਾਂ ਆਪੇ ਸੁਲਾਹ ਰੱਖ ਲਈ, ਕਹਿੰਦੇ ਫਿਰ ਸੁਲਾਹ ਕਰ ਲੈਂਦੇ ਨੇ ਅਤੇ ਗੁਰਮੀਤ ਨੇ ਕਿਹਾ ਕਿ ਕਰ ਲਓ। ਉਹ ਸੁਲਾਹ ਕਰਨ ਵਾਸਤੇ ਗਏ ਨੇ ਅਤੇ ਉਹਨਾਂ ਕਿਹਾ 4-5 ਬੰਦੇ ਤੁਸੀਂ ਆਓ ਅਤੇ 4-5 ਅਸੀਂ ਆਵਾਂਗੇ। ਇਹਨਾਂ ਫੈਸਲਾ ਹੋਣ ਡਿਆ ਸੀ ਅਤੇ ਉੱਥੋਂ ਪੱਟੂ ਆਇਆ, ਮਨਿੰਦਰ ਆਏ, ਹੋਰ ਉਹਨਾਂ ਦੇ ਸਾਥੀ ਆਏ ਅਤੇ ਉਹਨਾਂ ਹਮਲਾ ਕਰਤਾ, ਹਥਿਆਰ ਲੈ ਕੇ ਆਏ। ਉਹਨਾਂ ਆਪ ਹੀ ਗੋਲੀਆਂ ਚਲਾਈਆਂ ਅਤੇ ਆਪ ਹੀ ਮੇਰੇ ਮੁੰਡੇ ਦਾ ਨਾਂ ਲਾਤਾ ਭੋਲਿਆ ਗੁਰਮੀਤ ਦਾ। ਇਹਨਾਂ ਨੇ ਗੋਲੀਆਂ ਚਲਾਈਆਂ ਨੇ, ਇਹ ਨਜਾਇਜ਼ ਕੀਤਾ ਜਾਣ ਡਿਆ ਸਾਡੇ ਨਾਲ। ਇਹ ਫੈਸਲਾ ਜਿਹੜਾ ਬਿਲਕੁਲ ਸਹੀ ਹੋਣਾ ਚਾਹੀਦਾ ਅਤੇ ਸਾਡੇ ਬੱਚਿਆਂ ਦੇ ਪਰਚੇ ਨਹੀਂ ਹੋਣਾ ਚਾਹੀਦੇ, ਪਰਚੇ ਕੈਂਸਲ ਕੀਤੇ ਜਾਣੇ ਚਾਹੀਦੇ ਅਤੇ ਸਾਨੂੰ ਇਹਨਾਂ 'ਤੇ ਖਤਰਾ ਹੈ, ਪਹਿਲੇ ਵੀ ਥਾ ਔਰ ਹੁਣ ਵੀ ਹੈ। ਕੀ ਕੰਮ ਕੀ ਕਰਦੇ? ਨਜਾਇਜ਼ ਕਰਦੇ ਨੇ, ਇਹ ਸ਼ਰਾਬ ਵੇਚਦੇ ਨੇ, ਹੋਰ ਗਲਤ ਧੰਦੇ ਕਰਦੇ ਨੇ, ਲੈਟਰ ਸ਼ਰਾਲ ਵੀ ਸਭ ਪੁੱਛਾ ਨਹੀਂ ਇਹਨਾਂ ਦੇ, ਬਹੁਤ ਨਜਾਇਜ਼ ਕਰਦੇ, ਨਸ਼ੇ ਦਾ ਵੀ ਕਾਰੋਬਾਰ ਹੈ, ਹਰ ਕੰਮ ਕਰਦੇ ਨੇ ਅਤੇ ਗਲਤ ਕੰਮ ਵੀ ਕਰਦੇ ਨੇ ਅਤੇ ਨਜਾਇਜ਼ ਗੋਲੀਆਂ ਚਲਾਈਆਂ ਇਹਨਾਂ ਅਤੇ ਨਾ ਸਾੜਾ ਲਾਇਆ।
ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਹਰਜੀਤ ਸਿੰਘ ਦੀ ਰਿਪੋਰਟ।